ਅਸਲਾਮ ਅਲੈਕੁਮ ਜਨਾਬ, ਉਮੀਦ ਕਰਨਾ ਕਿ ਤੁਸੀਂ ਸਾਰੇ ਖਰੀਅਤ ਨਾਲ ਹੋਵੋਗੇ। ਅਤੇ ਜਨਾਬ, ਅੱਜ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਮੁਲਾਕਾਤ ਕਰ ਰਿਹਾ ਜੀ, ਔਰ ਸਿਆਲਕੋਟ ਦੇ ਅੰਦਰ ਇਸ ਵਕਤ ਮੈਂ ਮੌਜੂਦ ਹਾਂ। ਅਤੇ ਆਓ ਜ਼ਰਾ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ। ਮਾਸ਼ਾ ਅੱਲਾਹ, ਬਹੁਤ ਹੀ ਅੱਛੇ ਸਮਝਦਾਰ ਔਰ ਜਿਨ੍ਹਾਂ ਨੇ ਬਹੁਤ ਅੱਛੀ ਬਰੀਡ ਰੱਖੀ ਹੋਈ ਹੈ ਨੁਕਰਿਆਂ ਦੀ, ਅਤੇ ਆਓ ਜ਼ਰਾ ਮੁਲਾਕਾਤ ਕਰਾਉਂਦੇ ਹਾਂ ਜੀ। ਅਸਲਾਮ ਅਲੈਕੁਮ ਜੀ। ਵਾਲੇਕੁਮ ਸਲਾਮ ਜਨਾਬ। ਪਹਿਲੇ ਤਾਂ ਸਾਡੇ ਜਿਹੜੇ ਵਿਊਵਰਸ ਨੇ ਦੇਖਣ ਵਾਲੇ ਨੇ, ਉਹਨਾਂ ਨੂੰ ਆਪਣਾ ਨਾਮ ਦੱਸਿਆ ਜੀ। ਜਨਾਬ, ਮੇਰਾ ਨਾਮ ਰਾਹਤ ਹੁਸੈਨ ਬੁਖਾਰੀ ਹੈ। ਮੇਰਾ ਤਲਕ ਸਿਆਲਕੋਟ ਪੜਤ, ਜਿਹੜਾ ਮੌਜਾ ਪੜਤ ਹੈ ਉਹਦੇ ਨਾਲ ਹੈ, ਔਰ ਸਿਆਲਕੋਟ ਕੈਂਟ ਦੇ ਬਿਲਕੁਲ ਨਜ਼ਦੀਕ ਅਸੀਂ, ਸਾਡੀ ਰਾਇਸ਼ ਹੈ। ਇਹ ਸਾਡੇ ਅਸਾਂ ਨੁਕਰੇ ਰੱਖੇ ਨੇ ਦੋ ਜੀ ਜੀ, ਇਹਨਾਂ ਨੂੰ ਐਜ਼ ਏ ਸ਼ਬੀ ਅਸਾਂ ਜ਼ੁਲਜਨਾ ਰੱਖੇ, ਜ਼ੁਲਜਨਾ ਵਾਸਤੇ ਜੀ। ਇੱਕ ਦਾ ਨਾਂ ਹੈ ਮੁਰਤਜਿਜ਼ ਔਰ ਇੱਕ ਦਾ ਨਾਂ ਹੈ ਅਸ਼ਲ। ਅੱਛਾ, ਇਹਨਾਂ ਦਾ ਨਾਂ? ਇਹਦਾ ਨਾਮ ਮੁਰਤਜਿਜ਼ ਹੈ। ਮੁਰਤਜਿਜ਼ ਜੀ, ਇਹ ਮੁਰਤਜਿਜ਼ ਹੈ, ਔਰ ਇਹਦੀ ਉਮਰ ਜੇ ਤਕਰੀਬਨ ਇਸ ਵਕਤ 5 ਸਾਲ ਤੇ 2 ਮਹੀਨੇ ਜੀ ਜੀ। ਐਗਜ਼ੈਕਟ ਮੈਂ ਇਸ ਵਾਸਤੇ ਦੱਸਾਂ ਕਿ ਇਹ ਮੇਰੇ ਕੋਲ ਬੱਚਾ ਆਇਆ ਸੀ ਜੀ ਜੀ, ਔਰ ਬੱਚਾ ਮੈਂ ਖੁਦ ਇਹਨੂੰ ਰੱਖਿਆ ਸੀ, ਔਰ ਅਲਹਮਦੁਲਿਲਾ ਇਹ ਅੱਛਾ, ਬੜੀ ਅੱਛੀ ਚੀਜ਼ ਹੈ। ਥੋੜ੍ਹਾ ਜਿਹਾ ਇਹ ਕਿਉਂਕਿ ਜਵਾਨ ਹੈ ਹੁਣ, ਔਰ ਨੁਕਰਿਆਂ ਦਾ ਤੁਹਾਨੂੰ ਪਤਾ ਕਿ ਥੋੜ੍ਹਾ ਜਿਹਾ ਜੀ ਜੀ ਗਰਮ ਖੂਨ ਹੁੰਦਾ। ਅਤੇ ਇਹ ਜਨਾਬ ਜਿਹੜਾ ਘੋੜਾ ਮਾਸ਼ਾ ਅੱਲਾ ਇਸ ਵਕਤ ਖੜ੍ਹਾ, ਮੇਰਾ ਖਿਆਲ ਹੈ ਮੈਂ ਪਹਿਲੇ ਚੱਕਰ ਤੁਹਾਡੇ ਕੋਲ ਲਗਾਇਆ ਜੀ ਜੀ, ਔਰ ਦੂਸਰੀ ਦਫਾ ਮੈਂ ਤੁਹਾਡੇ ਕੋਲ ਆਇਆ ਇੱਥੇ। ਬਿਲਕੁਲ ਬਿਲਕੁਲ। ਅਤੇ ਪਹਿਲੇ ਵੀ ਮਾਸ਼ਾ ਅੱਲਾ ਮੈਂ ਦੇਖਿਆ ਇੱਕ ਵਛੇਰੀ ਵੀ ਤੁਹਾਡੇ ਕੋਲੋਂ ਮੈਂ ਖਰੀਦੀ ਸੀ, ਬਹੁਤ ਪਿਆਰੀ ਸੀ, ਬੜੀ ਅੱਛੀ ਚੀਜ਼ ਸੀ, ਔਰ ਦੂਸਰਾ ਜਿਹੜਾ ਵਛੇਰਾ ਉਹ ਵੀ ਮਾਸ਼ਾ ਅੱਲਾ ਬਹੁਤ ਪਿਆਰਾ। ਹੁਣ ਇਹ ਤੁਸੀਂ ਸੇਲ ਕਰਨਾ ਚਾਹ ਰਹੇ ਜੀ? ਇਹਨੂੰ ਮੈਂ ਸੇਲ ਕਰਨਾ ਚਾਹ ਰਿਹਾ ਜੀ, ਇਹਨੂੰ ਮੈਂ ਸੇਲ ਕਰਨਾ ਚਾਹ ਰਿਹਾ, ਔਰ ਮੇਰੀ ਕੋਸ਼ਿਸ਼ ਹੈ ਕਿ ਕੋਈ ਅਗਰ ਇਹਨੂੰ ਐਸਾ ਆਦਮੀ ਖਰੀਦੇ ਜਿਹੜਾ ਕਿ ਇਹਨੂੰ ਜੁਲਜਨਾ ਹੀ ਰੱਖੇ, ਜਾਂ ਬਹਰਹਾਲ ਉਹ ਤੇ ਹੁਣ ਉਹਨਾਂ ਤੇ ਡਿਪੈਂਡ ਕਰਦਾ ਨੇ ਜਿਹੜਾ। ਇਹ ਤਾਂ ਬੜੀ ਅੱਛੀ ਗੱਲ ਹੈ, ਜੁਲਜਨਾ ਰੱਖੇਗਾ ਤੇ ਉਹਨੂੰ ਮਿਹਨਤ ਨਹੀਂ ਕਰਨੀ ਪੈਗੀ ਜੀ। ਇਹ ਇਸ ਦੀ ਇਸ ਵਕਤ ਹਾਈਟ ਜਿਹੜੀ ਹੈ ਉਹ ਤਕਰੀਬਨ 60-61 ਦੇ ਕਰੀਬ ਹੈ। 61 ਦੇ ਕਰੀਬ ਜੀ, 61 ਇੰਚੀ ਟੇਪ ਦੇ ਨਾਲ, ਇੰਚੀ ਟੇਪ ਦੇ ਨਾਲ 61 ਹੋ 61। ਤੇ ਉਮਰ ਜਿਹੜੀ ਹੈਗੀ, ਉਮਰ ਪੂਰੇ 5 ਸਾਲ ਤੇ 2 ਮਹੀਨੇ ਨੇ ਦੇ, 5 ਸਾਲ ਤੇ 2 ਮਹੀਨੇ, ਕਿਉਂਕਿ ਤੁਹਾਨੂੰ ਤੇ ਮੈਂ ਇਸ ਵਾਸਤੇ ਦੱਸਣਾ ਕਿ ਕਿਉਂ ਮੈਨੂੰ, ਮੈਂ ਤੇ ਵਛੇਰਾ ਆਪਣੇ ਹੱਥਾਂ ਪਾਲਿਆ ਨਾਲ, ਬਿਲਕੁਲ ਇੱਕੋ ਘਰ ਦੇ, ਮੈਂ ਨਹੀਂ ਇਹ ਕਹਿੰਦਾ ਕਿ ਜੀ ਇਹ 4 ਸਾਲ ਦਾ ਹੈ ਜਾਂ ਇਸ ਦਾ ਘੱਟ ਹੈ ਵੇ, ਮੈਨੂੰ ਮੈਂ 100% ਐਗਜ਼ੈਕਟ ਤੁਹਾਨੂੰ ਉਹਦੀ ਏਜ ਦੱਸ ਰਿਹਾ ਜੀ ਜੀ ਜੀ। 5 ਸਾਲ ਤੇ 2 ਮਹੀਨੇ ਠੀਕ ਹੋ ਗਿਆ। ਤੇ ਇਹਦਾ ਜਿਹੜਾ ਹੈਗਾ ਇਹ ਕਿਹੜੀ ਜਗ੍ਹਾ ਤੋਂ ਤੁਸੀਂ ਲਿਆ ਸੀ, ਇਹਦੀ ਕੋਈ ਨਸਲ ਪਿੱਛੋਂ? ਮੈਂ ਜੀ ਲਾਹੌਰੋਂ ਖਰੀਦਿਆ ਸੀ ਜੀ, ਸਾਡੇ ਬੜੇ ਇੱਕ ਮੋਹਤਰਮ ਦੋਸਤ ਨੇ ਉਹਨਾਂ ਕੋਲੋਂ ਮੈਂ ਖਰੀਦਿਆ ਸੀ ਜੀ, ਤੇ ਉਹਨਾਂ ਨੇ ਵੀ ਬੱਚਾ ਕਿਸੇ ਕੋਲੋਂ ਲਿਆ ਸੀ ਅੱਗੋਂ, ਉਹਨਾਂ ਨੇ ਬੱਚਾ ਲਿਆ ਹਾਂ ਜੀ, ਉਹ ਬੱਚਾ ਤਕਰੀਬਨ 1.5 ਮਹੀਨੇ ਬਾਅਦ, ਕਿਉਂਕਿ ਉਹਨਾਂ ਦਿਨਾਂ 'ਚ ਮੈਂ ਤਲਾਸ਼ ਵਿੱਚ ਸਾਂ ਜੀ ਜੀ, ਅਤੇ ਮੈਂ ਉਹਨਾਂ ਨੇ ਮੈਨੂੰ ਕਿਹਾ ਅਤੇ ਮੈਂ ਉਹਨਾਂ ਕੋਲੋਂ ਲੈ ਕੇ ਆ ਗਿਆ ਸਾਂ ਲਾਹੌਰੋਂ। ਬਿਲਕੁਲ ਸਹੀ। ਹੁਣ ਤੁਸੀਂ ਇਹ ਦੱਸੋ ਕਿ ਇਹਦੀ ਕੋਈ ਪਿਆਰ ਵਾਲੀ ਡਿਮਾਂਡ ਜਿਹੜੀ ਹੈ, ਕਿਉਂਕਿ ਡਿਮਾਂਡ ਮੰਗਣ ਨੂੰ ਤਾਂ ਲੋਕ ਬੜੀ ਬੜੀ ਡਿਮਾਂਡ ਮੰਗਦੇ ਨੇ ਅੱਜ ਕੱਲ੍ਹ, ਤੁਸੀਂ ਦੇਖਿਆ ਹੋਵੇਗਾ ਯੂਟਿਊਬ ਦੇ ਉੱਤੇ ਜੀ ਜੀ, ਉਹ ਚੰਗ ਵਾਲੇ ਵੀ ਦੇਖੇ ਹੋਣਗੇ ਅਕਸਰ, ਲੋਕ ਦੂਸਰੇ ਵੀ ਨੇ, ਲੇਕਿਨ ਜਿਹੜਾ ਕੋਈ ਸ਼ੌਕ ਵਾਸਤੇ ਬੰਦਾ ਰੱਖਦਾ ਹੈ ਉਹ ਕਹਿੰਦਾ ਕਿ ਜੀ ਮੈਂ ਜੁਲਜਨਾ ਗੱਲ ਆਵੇ ਕਿ ਇਹ ਨੁਕਰਿਆਂ ਦੀ, ਔਰ ਨੁਕਰਾ ਵੀ ਉਹ ਜਿਹੜਾ ਕਿ ਮਤਲਬ ਅੱਛੀ ਨਸਲ ਦਾ ਹੋਵੇ ਜੀ, ਉਸ ਦੀ ਮਤਲਬ ਡਿਮਾਂਡ ਨਹੀਂ ਕੀਤੀ ਜਾ ਸਕਦੀ ਜੀ, ਬੇ ਠੀਕ ਹੈ ਨਾ। ਮਗਰ ਹੈ ਕਿ ਮੈਂ ਫਿਰ ਵੀ ਦੱਸ ਸਕਦਾ ਕਿ ਬਈ ਇਹ ਮਤਲਬ ਮੇਰੇ ਹਿਸਾਬ ਨਾਲ ਮੈਂ 8-1 ਲੱਖ ਜਿਹੜਾ ਨਾ ਇਹਦਾ ਤੁਹਾਡੇ ਕੋਲੋਂ ਮੈਂ ਕਰਾਂਗਾ, ਅਤੇ ਬਾਕੀ ਤੁਹਾਡੀ ਸਾਥਣ ਦਾ ਕੋਈ ਅਗਰ ਆਏਗਾ ਜੀ ਤਾਂ ਫਿਰ ਉਹਦੇ ਨਾਲ ਪਿਆਰ ਮੁਹੱਬਤ ਮਜ਼ੀਦ ਮੌਕੇ ਦੇ ਉੱਤੇ ਕਮੀ ਪੇਸ਼ੀ ਜੀ ਉਹਦਾ
ਪਿਆਰ ਮੁਹੱਬਤ ਕਰ ਲਿਆ ਜਾਏ। ਅਤੇ ਤੁਸੀਂ ਦੱਸ ਰਹੇ ਸੋ ਕਿ ਦੂਸਰਾ ਵਛੇਰਾ ਵੀ ਸਾਡੇ ਕੋਲ ਮੌਜੂਦ ਹੈ? ਜੀ ਮੇਰੇ ਕੋਲ ਹੈ ਦੂਸਰਾ ਵੀ, ਮਗਰ ਹੈ ਕਿ ਅਜੇ ਇਸ ਵਕਤ ਤੁਹਾਨੂੰ ਸੇਲ ਨਹੀਂ ਕਰਨਾ। ਜੀ ਜੀ। ਅਤੇ ਇਹਦੀ ਜਿਹੜੀ ਉਮਰ ਹੈਗੀ ਹੈ ਇਸ ਟਾਈਮ ਕੀ ਹੈਗੀ ਜੀ? ਇਹ ਇਸ ਵਕਤ 6.5 ਸਾਲ ਦਾ। 6.5 ਸਾਲ ਦਾ ਜੀ? 6.5 ਸਾਲ, ਯਾਨੀ ਕਿ ਇਹ 62 ਤੋਂ ਵੀ ਜ਼ਿਆਦਾ ਹੈ। ਹਾਂ, ਇਹਦੀ ਹਾਈਟ ਜਿਹੜੀ ਉਹਦੇ ਨਾਲੋਂ ਜ਼ਿਆਦਾ ਹੈ। ਉਹਦੇ ਨਾਲੋਂ ਜ਼ਿਆਦਾ ਹੈ। ਠੀਕ ਹੋ ਗਿਆ। ਠੀਕ ਹੈ। ਇਹਦਾ ਤਾਂ ਮਤਲਬ ਇਹ ਕਿ ਇਹ ਵੱਡਾ ਹੈਗਾ ਅਤੇ ਉਹ ਛੋਟਾ ਹੈ ਫਿਰ? ਉਹ ਛੋਟਾ ਹੈ, ਕਿਉਂਕਿ ਉਹ ਜਿਹੜਾ 5 ਸਾਲ ਅਤੇ 2 ਮਹੀਨਿਆਂ ਦਾ, ਇਹ 6 ਸਾਲ ਦਾ। ਜੀ ਜੀ, ਬਿਲਕੁਲ ਸਹੀ ਹੈ। ਅਤੇ ਇਹ ਯਾਨੀ ਸੇਲ ਤੁਸੀਂ ਨਹੀਂ ਕਰਨਾ ਚਾਹ ਰਹੇ? ਸਾਡਾ ਪ੍ਰੋਗਰਾਮ ਨਹੀਂ ਇਹਨੂੰ ਸੇਲ ਕਰਨ ਦਾ। ਜੀ ਠੀਕ ਹੈ ਨਾ, ਕਿਉਂਕਿ ਅਸੀਂ ਇਹਨੂੰ ਆਪਣੇ ਜਿਹੜੇ ਪੜਥ ਚ ਇਮਾਮ ਬਰਗਾ ਉੱਥੇ ਛਬੀ ਇਹਨੂੰ ਹਰ ਸਾਲ ਬਣਾਉਂਦੇ ਹਾਂ ਅਸੀਂ। ਬਿਲਕੁਲ ਸਹੀ। ਤਕਰੀਬਨ 8 ਸਾਲ ਤੋਂ, 7 ਸਾਲ ਤੋਂ ਬਣਾ ਰਹੇ ਹਾਂ, 6 ਸਾਲ ਤੋਂ, 6.5 ਸਾਲ ਤੋਂ। ਜੀ ਜੀ ਠੀਕ ਹੈ। ਜਦੋਂ ਬੱਚਾ ਲਿਆ ਸੀ ਉਦੋਂ ਹੀ ਅਸੀਂ ਉਹਨੂੰ ਵੀ ਛਬੀ ਦੇ ਤੌਰ 'ਤੇ ਇਸਤੇਮਾਲ ਕਰ ਰਹੇ? ਜੀ, ਉਹਨੂੰ ਵੀ ਛਬੀ ਦੇ ਤੌਰ 'ਤੇ ਇਸਤੇਮਾਲ, ਯਾਨੀ ਦੋਨੇ ਇਸਤੇਮਾਲ 'ਚ ਨੇ। ਅਸਾਂ 5 ਦਫਾ ਬਣਾਇਆ। ਜੀ ਜੀ। ਅਤੇ ਉਸ ਤੋਂ ਪਹਿਲੇ ਉਹ ਬਣਦਾ ਰਿਹਾ? ਜੀ ਨਹੀਂ ਨਹੀਂ, ਉਹ ਬਾਅਦ ਵਿੱਚ ਆਇਆ। ਉਹ ਬਾਅਦ ਦੇ ਵਿੱਚ? ਬਾਅਦ ਵਿੱਚ ਉਹ ਤਕਰੀਬਨ 3 ਦਫਾ ਜਾਂ 4 ਦਫਾ ਬਣਿਆ। 3 ਦਫਾ ਬਣਿਆ ਉਹ। 3 ਦਫਾ? ਜੀ ਜੀ। ਲਓ ਜਨਾਬ, ਮਾਸ਼ਾ ਅੱਲਾ ਤੁਹਾਡੀ ਮੁਲਾਕਾਤ ਹੋਈ ਹੈ, ਔਰ ਜਾਨਵਰ ਵੀ ਮਾਸ਼ਾ ਅੱਲਾ ਤੁਹਾਨੂੰ ਦਿਖਾਏ ਨੇ, ਅਤੇ ਬਹੁਤ ਪਿਆਰੇ ਔਰ ਖੂਬਸੂਰਤ ਜਾਨਵਰ ਨੇ। ਫੇਰ ਕੇ ਦੇਖ ਸਕਦੇ ਹੋ ਜੀ, ਇਹਨੂੰ ਥੋੜ੍ਹਾ ਜਿਹਾ ਚੱਕਰ ਲਗਾ, ਥੋੜ੍ਹਾ ਜਿਹਾ ਚੱਕਰ ਲਗਾ। ਕਲਰ ਅਸਲ 'ਚ ਇਹੀ ਲੱਗਾ 10 ਮੁਹਰਮ ਨੂੰ। ਜੀ ਜੀ, ਬਿਲਕੁਲ, ਉਹ ਕਲਰ ਵੀ ਨਜ਼ਰ ਆ ਰਿਹਾ। ਲਓ ਜਨਾਬ, ਮਾਸ਼ਾ ਅੱਲਾ ਵੀਡੀਓ ਦੇ ਬਾਰੇ ਦੇ ਵਿੱਚ ਆਪਣੀ ਰਾਏ ਜਿਹੜੀ ਜ਼ਰੂਰ ਦੱਸਿਆ ਜੇ, ਔਰ ਜਿਹੜੇ ਦੋਸਤ ਛਬੀ ਵਾਸਤੇ ਲੈਣਾ ਚਾਹੁੰਦੇ ਨੇ, ਆਪਣੇ ਸ਼ੌਕ ਵਾਸਤੇ ਲੈਣਾ ਚਾਹੁੰਦੇ ਨੇ, ਔਰ ਇੱਕ ਅੱਛੀ ਚੀਜ਼ ਲੈਣਾ ਚਾਹੁੰਦੇ ਨੇ, ਤਲਾਸ਼ ਦੇ ਵਿੱਚ ਨੇ ਕਿ ਸਾਨੂੰ ਕਿੱਧਰੋਂ ਅੱਛੀ ਚੀਜ਼ ਮਿਲੇ, ਉਹਨਾਂ ਵਾਸਤੇ ਮਾਸ਼ਾ ਅੱਲਾ ਅੱਛੀ ਚੀਜ਼ ਹੈ, ਨਗੀਨਾ, ਔਰ ਤੁਹਾਨੂੰ ਪਤਾ ਕਿ ਜਿਹੜੀ ਅੱਛੀ ਚੀਜ਼ ਹੁੰਦੀ ਹੈ ਅਨਮੁੱਲੀ ਹੁੰਦੀ ਹੈ, ਬਜਾਏ ਕਿ ਬੰਦਾ ਮੁਖਤਲਿਫ ਜਗ੍ਹਾ ਦੇ ਉੱਤੋਂ ਧੋਖੇ ਖਾ ਕੇ ਜਾਨਵਰ ਲਵੇ, ਫਿਰ ਵੀ ਉਹ ਜਾਨਵਰ ਤੁਹਾਡੇ ਨੂੰ ਪਾਸ ਨਾ ਆਵੇ, ਦਿਲ ਨੂੰ ਸਕੂਨ ਨਾ ਦੇ ਸਕੇ, ਅਤੇ ਫਿਰ ਇੱਕ ਵਾਰੀ ਜਿਹੜਾ ਇਹ ਵੀ ਅਮਲ ਕੀਤਾ ਜਾ ਸਕਦਾ, ਕਿਉਂਕਿ ਅੱਛੀ ਚੀਜ਼ ਜਿਹੜੀ ਹੈ ਉਹ ਮਹਿੰਗੀ ਨਹੀਂ ਹੁੰਦੀ, ਲੇਕਿਨ ਅਗਰ ਅੱਛੀ ਚੀਜ਼ ਹੈ ਬੁਰੀ ਚੀਜ਼ ਹੈ ਅਤੇ ਉਹ ਮਹਿੰਗੀ ਹੈ ਜਾਂ ਉਹ ਸਸਤੀ ਹੈ, ਅਤੇ ਉਹ ਤਾਂ ਫਿਰ ਕਿਸੇ ਕੰਮ ਦੀ ਨਹੀਂ। ਅਤੇ ਜਨਾਬ, ਇਨਸ਼ਾ ਅੱਲਾਹ ਤਾਲਾ ਤੁਹਾਡੀ ਚਾਹਤ ਦਾ ਇਨਸ਼ਾ ਅੱਲਾਹ ਇੰਤਜ਼ਾਰ ਰਹੇਗਾ। ਇਸ ਵੀਡੀਓ ਦੇ ਬਾਰੇ ਦੇ ਵਿੱਚ ਆਪਣੀ ਰਾਏ ਜਿਹੜੀ ਕਮੈਂਟ 'ਚ ਜ਼ਰੂਰ ਦੱਸਿਆ ਜੇ। ਇਹ ਵਿਜ਼ਿਟ ਸਿਆਲਕੋਟ ਦਾ ਹੋਇਆ, ਘੋੜਾ ਤੁਹਾਨੂੰ ਦਿਖਾਇਆ, ਹਾਈਟ ਵਗੈਰਾ ਵੀ ਤੁਸੀਂ ਦੇਖੀ ਮੁਕੰਮਲ ਤੌਰ ਦੇ ਉੱਤੇ। ਮਜ਼ੀਦ ਮਾਲੂਮਾਤ ਵਾਸਤੇ ਤੁਸੀਂ ਕਮੈਂਟ ਥੱਲੇ, ਤੁਹਾਡੇ ਵਾਸਤੇ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਕਰ ਸਕਦੇ ਹੋ। ਅਤੇ ਇਨਸ਼ਾ ਅੱਲਾ ਇਜਾਜ਼ਤ ਚਾਹੁੰਦੇ ਜੀ, ਇਨਸ਼ਾ ਅੱਲਾ ਫਿਰ ਮੁਲਾਕਾਤ ਹੋਵੇਗੀ ਤੁਹਾਡੇ ਨਾਲ। ਅੱਲਾ ਹਾਫਿਜ਼ ਫੀ ਮਾਨ ਅੱਲਾ।